ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਚੀਨ 'ਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖਿਲਾਫ ਮਜ਼ਬੂਤੀ ਨਾਲ ਡਟੀ ਰਹੇਗੀ। ਕੈਨੇਡਾ 'ਚ ਚੀਨ ਦੇ ਰਾਜਦੂਤ ਨੇ ਓਟਵਾ ਨੂੰ ਹਾਂਗਕਾਂਗ 'ਚ ਛੱਡ ਕੇ ਆ ਰਹੇ ਲੋਕਾਂ ਨੂੰ ਪਨਾਹ ਨਾ ਦੇਣ ਦੀ ਵੀ ਚੇਤਾਵਨੀ ਦਿੱਤੀ ਸੀ। ਓਟਵਾ 'ਚ ਚੀਨ ਦੇ ਰਾਜਦੂਤ ਕੌਂਗ ਪਾਈਵਿਨ ਨੇ ਕਿਹਾ ਹੈ ਕਿ ਅਗਰ ਕੈਨੇਡਾ ਹਾਂਗਕਾਂਗ 'ਚ ਰਹਿਣ ਵਾਲੇ 3 ਲੱਖ ਕੈਨੇਡਾਈ ਨਾਗਰਿਕਾਂ ਬਾਰੇ ਅਤੇ ਉੱਥੇ ਕਾਰੋਬਾਰ ਕਰ ਰਹੀਆਂ ਕੰਪਨੀਆਂ ਬਾਰੇ ਸੋਚਦਾ ਹੈ ਤਾਂ ਉਸ ਨੂੰ ਚੀਨ ਦੀ ਹਿੰਸਾ ਵਿਰੋਧ 'ਚ ਲੜਨ ਦੀਆਂ ਕੋਸ਼ਿਸ਼ਾਂ 'ਚ ਮਦਦ ਕਰਨੀ ਹੋਵੇਗੀ। ਉੱਥੇ ਹੀ ਇਸ ਦੇ ਵਿਰੋਧ 'ਚ ਟਰੂਡੋ ਨੇ ਕਿਹਾ ਕਿ ਅਸੀਂ ਮਨੁੱਖੀ ਅਧਿਕਾਰਾਂ ਦੇ ਸਮਰਥਨ 'ਚ ਮਜ਼ਬੂਤੀ ਨਾਲ ਡਟੇ ਰਹਾਂਗੇ। ਉਹ ਭਾਵੇਂ ਉਈਗਰ ਕਮਿਊਨਿਟੀ ਦੀਆਂ ਪਰੇਸ਼ਾਨੀਆਂ ਬਾਰੇ ਹੋਵੇ ਜਾਂ ਫਿਰ ਹਾਂਗਕਾਂਗ ਦੀ ਚਿੰਤਾਜਨਕ ਸਥਿਤੀ ਬਾਰੇ ਤੇ ਜਾਂ ਫਿਰ ਚੀਨ ਦੀ ਜ਼ਬਰੀ ਕੂਟਨੀਤੀ ਬਾਰੇ। ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡਾ ਦੁਨੀਆ ਭਰ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਚਿੰਤਿਤ ਆਪਣੇ ਸਹਿਯੋਗੀ ਅਮਰੀਕਾ, ਆਸਟ੍ਰੇਲੀਆ, ਬ੍ਰਿਟੇਨ ਅਤੇ ਯੂਰਪੀ ਦੇਸ਼ਾਂ ਨਾਲ ਖੜਾ ਹੈ। ਉੱਥੇ ਹੀ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਏਰਿਨ ਓਟੂਲੇ ਨੇ ਕਿਹਾ ਹੈ ਕਿ ਚੀਨੀ ਰਾਜਦੂਤ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਜਾਂ ਫਿਰ ਉਹਨਾਂ ਨੂੰ ਕੈਨੇਡਾ ਤੋਂ ਕੱਢ ਦੇਣਾ ਚਾਹੀਦਾ ਹੈ। ਚੀਨੀ ਰਾਜਦੂਤ ਦਾ ਇਹ ਬਿਆਨ ਸਿੱਧੇ ਸਿੱਧੇ ਹਾਂਗਕਾਂਗ 'ਚ ਰਹਿ ਰਹੇ 3 ਲੱਖ ਕੈਨੇਡੀਅਨ ਲੋਕਾਂ ਨੂੰ ਧਮਕਾਉਣ ਵਰਗਾ ਹੈ। ਹੋਰ ਤਾਜ਼ਾ ਤਰੀਨ ਅਪਡੇਟਸ ਦੇ ਲਈ ਦੇਖਦੇ ਰਹੋ ਚੈਨਲ ਪੰਜਾਬੀ। ਤੁਸੀਂ ਹੈਰਾਨ ਤਾਂ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।